ਕਰਦਾ ਫੋਨ ਲਾ ਲੈਂਦਾ ਵਾ, ਕਹਿੰਦੇ ਸੀ ਅੱਜ ਹੀ ਜਾਣਾ ਵਾ ਮੁੰਡੇ ਦੀ ਐਡਮਿਸ਼ਨ ਕਰਵਾ। ਹੈਲੋ, ਹਾਂ ਪਿੰਦਰ, ਕਿੱਦਾਂ ਕੀ ਹਾਲ ਚਾਲ? ਅੱਛਾ ਠੀਕ ਆ। ਅਤੇ ਦੀਦੀ ਹੋਣੀ ਕਿੱਦਾਂ, ਠੀਕ ਆ? ਅਤੇ ਕਿੱਦਾਂ ਵਾ ਮੁੰਡਾ? ਅੱਛਾ, ਅਤੇ ਮੇਰੀ ਗੱਲ ਮੈਨੂੰ ਦੱਸੋ ਹੁਣ ਕਿ ਅੱਜ ਤੁਹਾਡਾ ਫਾਈਨਲ ਆ ਨਾ, ਕਿ ਤੁਸੀਂ ਆਉਣਾ ਵਾ ਅੱਜ? ਆਹੋ, ਚਲੋ ਵਧੀਆ ਵਧੀਆ, ਕਿਉਂਕਿ ਦੱਸਾਂ ਕੀ ਗੱਲ, ਮੈਂ ਅੱਜ ਡਿਊਟੀ ਨਹੀਂ ਜਾਣਾ, ਮੈਨੂੰ ਇਹ ਹੀ, ਮੈਂ ਕਿਹਾ ਚੱਲ ਕਰਵਾਉਂਦੇ ਹਾਂ ਐਡਮਿਸ਼ਨ। ਠੀਕ ਆ, ਕੋਈ ਗੱਲ ਨਹੀਂ, ਮੈਂ ਪ੍ਰਿੰਸੀਪਲ ਨਾਲ ਗੱਲ ਕਰ ਲਈ ਆ, ਕਹਿੰਦਾ ਕਾਫੀ ਡਿਸਕਾਊਂਟ ਕਰ ਦਾਂਗੇ ਅਸੀਂ, ਕੋਈ ਗੱਲ ਨਹੀਂ। ਠੀਕ ਆ, ਦੱਸਾਂ ਕੀ ਗੱਲ, ਸੰਗਣਾ ਕਾਹਦੇ ਲਈ ਆ? ਤੁਸੀਂ ਇਕੱਲੇ ਨਹੀਂ ਹੈਗੇ, ਬਹੁਤ ਫੈਮਲੀਆਂ ਇੱਦਾਂ ਦੀਆਂ ਵੀ ਜਿਹੜੀਆਂ ਹੈ ਨਾ, ਅਤੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੀਆਂ ਵਾ, ਅਤੇ ਨਹੀਂ ਗੁਜਾਇਸ਼ ਹੁੰਦੀ ਕਿਸੇ ਕੋਲ ਵੀ ਇਹਨਾਂ ਦੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਠੀਕ ਆ। ਅਤੇ ਚਲੋ ਠੀਕ ਆ, ਮੈਂ ਫਿਰ ਆਉਂਦਾ ਵਾਂ ਤੁਹਾਡੇ ਕੋਲ। ਨਹੀਂ, ਮੇਰੇ ਕੋਲ ਘਰ ਨਹੀਂ ਆਇਆ ਜਾਣਾ, ਅਤੇ ਮੈਂ ਅੱਡੇ ਤੱਕ ਆ ਜੂੰਗਾ, ਅਤੇ ਤੁਸੀਂ ਆ ਜਿਓ ਉੱਥੇ, ਅਤੇ ਫਿਰ ਮੈਂ ਅਸੀਂ ਚੱਲ ਜਾਂਗੇ। ਚਲੋ ਠੀਕ ਆ, ਚਲੋ ਧਿਆਨ ਨਾਲ ਆ ਜਾਇਓ ਤੁਸੀਂ, ਮੈਂ ਵੀ ਆ ਜਾਂਗਾ। ਮੈਂ ਨਹੀਂ, ਮੈਨੂੰ ਇਹ ਹੀ, ਮੈਂ ਕਿਹਾ ਚੱਲ ਪੁੱਛ ਲਵਾਂ ਇੱਕ ਵਾਰੀ ਫਿਰ, ਹੈ ਨਾ। ਓਕੇ ਓਕੇ, ਚਲੋ ਓਕੇ, ਇੱਧਰੋਂ ਤਾਂ ਹਾਂ ਹੋ ਗਈ ਆ, ਚਲੋ ਭਲਾ ਹੋ ਜੂਗਾ ਯਾਰ ਕਿਸੇ ਦਾ। ਨਾਲੇ ਨਾ ਜੱਸ ਨੂੰ ਨਹੀਂ ਦੱਸਣਾ, ਇਹਨੂੰ ਦੱਸਿਆ ਨਾ ਤਾਂ ਫਿਰ ਇਹਨੇ ਲੜਨਾ ਵਾ ਮੇਰੇ ਨਾਲ, ਆਪੇ ਜਾਣਨਾ, ਇਹਨੂੰ ਕਹਿੰਦਾ ਮੈਂ ਡਿਊਟੀ 'ਤੇ ਚੱਲਿਆ। ਮੈਨੂੰ ਪਤਾ ਹੋਏਗਾ ਨਾਲੇ ਵੀ ਮੈਨੂੰ ਸਕੂਲੇ ਪਾਉਣ ਆਏ ਨੇ, ਉੱਥੇ ਨਿਆਣਿਆਂ ਨਾਲ ਮਾੜੀ ਮੋਟੀ ਦੀ ਵਾਕ ਵੀ ਹੋਏਗੀ, ਤੇ ਹੋ ਸਕਦਾ ਟੀਚਰ ਕੋਈ ਸਵਾਲ ਜਵਾਬ ਵੀ ਕਰਨ। ਚਲੋ ਆਜੋ। ਗੋਹੇ ਕੱਢ ਕੇ ਧੁੱਪੇ ਪਾਏ ਸੀਗੇ, ਬੜਾ ਖੁਸ਼ ਗਿਆ। ਮੈਂ ਸਕੂਲੇ ਚੱਲਿਆ, ਇੰਨਾ ਚਾਹ ਮੈਂ ਮੇਰੇ ਪੁੱਤ ਨੇ ਕੀ ਬਣਨਾ, ਕਹਿੰਦਾ ਪੁਲਿਸ ਵਾਲਾ ਬਣਨਾ। ਚੱਲ ਵਧੀਆ ਵਾ, ਹੁਣ ਇੱਕ ਵਾਰੀ ਦਾਖਲ ਹੋ ਜੇ, ਹੌਲੀ ਹੌਲੀ ਪੈਸੇ ਦਿੰਦੇ ਰਹਾਂਗੇ, ਤੇ ਮੈਂ ਨਾ ਕਿਤੇ ਸਾਡੇ ਜਿੰਦੇ ਜੀ, ਸਾਡਾ ਮੁੰਡਾ ਕਿਤੇ ਨਾ ਨੌਕਰੀ ਤੇ ਲੱਗ ਜੇ, ਨਾ ਕਿਤੇ ਅਫਸਰ ਬਣ ਜੇ। ਕੋਈ ਗੱਲ ਨੀ, ਰੱਬ ਨੇ ਸਾਰੀਆਂ ਰੀਝਾਂ ਸਾਡੀਆਂ ਪੂਰੀਆਂ ਕਰਨੀਆਂ, ਇਹ ਨੀ ਵੀ ਸਦਾ ਦਿਨ ਸਾਡੇ ਇੱਦਾਂ ਦੇ ਰਹਿਣੇ, ਨਾਲੇ ਉੱਥੇ ਹੋ ਸਕਦਾ ਅੱਜ ਪਰਮ ਵੀ ਚੱਲ ਜੇ, ਹੁੰਦਾ ਹੀ ਇੰਨੇ ਪੈਸੇ ਨਾਲ ਐਡਮਿਸ਼ਨ ਨਹੀਂ ਹੋਣੀ, ਸਕੂਲ ਵਧੀਆ ਵਾ। ਅੱਛਾ, ਤੇ ਮੈਂ ਉੱਥੇ ਤੇਰੀ ਆਣ ਕੇ ਮਦਦ ਕਰ ਦਾਂਗਾ ਜਿੰਨਿਆਂ ਦੀ ਲੋੜ ਪਊ, ਨਾਲੇ ਆਂਦਾ ਸਕੂਲ ਵਾਲੇ ਵਾਕਬ ਨੇ ਮੇਰੀ।
ਚੱਲ ਕੋਈ ਨੀ ਫਿਰ ਰਲ ਮਿਲ ਕੇ ਹੋ ਜਾਊ ਕੰਮ, ਕੋਈ ਗੱਲ ਨੀ ਹੋ ਜਾਣਾ ਵਾ, ਬਸ ਸਾਨੂੰ ਹੋਰ ਅਸੀਂ ਆਪਣੇ ਤੰਗੀਆਂ ਤੋਸਿਆਂ ਕੱਢ ਲੈਣੇ ਆ, ਮੁੰਡੇ ਨੂੰ ਪੜਾਉਣਾ ਬਸ। ਨਹੀਂ ਕੋਈ ਗੱਲ ਨੀ, ਹੁਣ ਥੋੜਾ ਜਿਹਾ ਹੌਸਲਾ ਹੋਇਆ ਵਾ ਤੇ ਚੱਲ ਨਿਆਣਾ ਪੜ ਜੂਗਾ, ਹੁਣ ਇਹਦਾ ਪਤਾ ਨੀ ਦਿਮਾਗ ਤੇ ਕਿੱਦਾਂ ਦਾ ਨਿਕਲਣਾ ਵਾ, ਉਹਦਾ ਚਲਾਕ ਤੇ ਬੜਾ ਵਾ, ਚਲਾਕ ਤੇ ਬਥੇਰਾ ਚਲਾਕ, ਉਹਨਾਂ ਦੀ ਕੋਈ ਕਸਰ ਨੀ ਗੀ, ਹਨਾ। ਹਾਂਜੀ ਚੱਲ ਕਿਤੇ ਪੜ ਲਿਖ ਜਾਏ ਕਿਤੇ ਗਾਂ, ਇਹਨਾਂ ਦੀ ਕਿਤੇ ਜੂਨ ਸਵਾਰੀ ਰਹੇ, ਸਾਡੀ ਤਾਂ ਲੰਘ ਗਈ ਜਿੱਦਾਂ ਲੰਘਣੀ। ਮੰਮੀ ਹਾਂ ਪੁੱਤ, ਹੋ ਗਿਆ ਬਰਾਂਡਾ ਸਾਫ? ਬਰਾਂਡਾ ਸਾਫ ਤੇ ਮੈਂ ਕਰ ਲਿਆ, ਮੈਂ ਤਾਂ ਸਰੀਰ ਹੀ ਥੱਕ ਗਿਆ ਅੱਜ। ਤੇ ਪਾਣੀ ਲਿਆਵਾਂ ਤੁਹਾਡੇ ਲਈ? ਨਹੀਂ ਪਾਣੀ ਮੈਂ ਪੀ ਕੇ ਤੇ ਫੇਰ ਹੀ ਅੰਦਰ ਆਈ ਹਾਂ। ਕਹਿੰਦਾ ਮਿਲਦੀ ਰੋਟੀ ਮੰਮੀ ਪੱਕ ਗਈ ਹੈ ਤੇ ਖਾ ਲਓ ਨਾ ਗਰਮ ਗਰਮ। ਰੋਟੀ ਮੈਂ ਪਿੰਦਰ ਆਉਂਦਾ ਨਾ ਤੇ ਫਿਰ ਇਕੱਠੀ ਖਾ ਲੈਂਦੇ ਹਾਂ, ਮੇਰਾ ਜੀ ਨੀ ਕਰਦਾ ਨਾ ਜਦ ਮੁੰਡਾ ਨਾ ਘਰ ਆਵੇ ਰੋਟੀ ਖਾ ਲੈ। ਦੱਸ ਮੰਮੀ ਉਹਨਾਂ ਨੇ ਕੀਤਾ ਉੱਥੇ, ਕਿੰਨਾ ਟਾਈਮ ਲੱਗਣਾ ਕਿੰਨਾ ਨਹੀਂ ਟਾਈਮ ਲੱਗਣਾ, ਤੁਸੀਂ ਉਹਨਾਂ ਟਾਈਮ ਤੱਕ ਭੁੱਖੇ ਰਹੋਗੇ। ਪੁੱਤ ਹਜੇ ਉਹਨਾਂ ਨੇ ਮੁੰਡਾ ਬਸ ਐਡਮਿਸ਼ਨ ਹੀ ਕਰਾਉਣੀ ਆ, ਨਾਲ ਹੀ ਲਿਆਉਣਾ ਮੇਰੇ ਹਿਸਾਬ ਨਾਲ, ਤੇ ਉਹਨੇ ਛੇਤੀ ਆਉਣਾ, ਉਹ ਕਿਹੜਾ ਕਿਤੇ ਵਿਆਹ ਗਿਆ ਗਿਆ ਤਾਂ ਸਕੂਲ ਹੀ ਆ। ਕੋਈ ਨੀ ਮੈਂ ਖਾ ਲੈਂਦੀ ਹਾਂ, ਘੜੀ ਮੈਂ ਰੈਸਟ ਕਰ ਲੈਂਦੀ ਹਾਂ, ਫਿਰ ਉੱਠ ਕੇ ਮੈਂ ਰੋਟੀ ਖਾ ਲੈਂਦੀ, ਮਾਸਾ ਗਰਮੀ ਆ ਨਾ ਕਰਦੀ ਪਊਗੀ ਕਰਦੀ। ਚਲੋ ਕੋਈ ਗੱਲ ਨੀ, ਫਿਰ ਜਦੋਂ ਆਉਣਗੇ ਨਾ ਉਦੋਂ ਇਕੱਠੀ ਖਾ ਲਿਓ ਤੁਸੀਂ ਰੋਟੀ। ਚੱਲ ਠੀਕ ਆ ਪੁੱਤ, ਪੈ ਜਾਓ ਲੰਮੇ। ਅਜੇ ਤੇ ਇਹ ਗੱਲੋਂ ਰੱਬ ਨੇ ਮੇਰੀ ਜਾਨ ਸੁਖੀ ਰੱਖੀ ਆ, ਮੈਨੂੰ ਕੁੜੀ ਚੰਗੀ ਮਿਲ ਗਈ ਆ। ਜੇ ਕਿਤੇ ਉਹੋ ਜਿਹੀ ਸ਼ਕੀਨ ਜੀ ਮਿਲ ਜਾਂਦੀ ਤਾਂ ਮੈਨੂੰ ਕਿਸੇ ਨੇ ਪੁੱਛਣਾ ਕੌਣਾ ਨਹੀਂ, ਇੱਕ ਉੱਦਾਂ ਰੱਬ ਨੇ ਗਰੀਬੀ ਦੇ ਛੱਡੀ। ਚਲੋ ਕੋਈ ਗੱਲ ਨਹੀਂ, ਇੰਨੀ ਤਾਂ ਰੱਬ ਨੇ ਸੋਹਣੀ ਲਈ ਹੈ ਨਾ, ਕੁੜੀ ਚੰਗੀ ਆ। ਇਹਨਾਂ ਨੇ ਹਲੇ ਪਤਾ ਨਹੀਂ ਕਦੋਂ ਆਉਣਾ ਵਾ, ਤੇ ਮੰਮੀ ਵੀ ਇਹਨਾਂ ਦੀ ਉਡੀਕ ਵਿੱਚ ਭੁੱਖੇ ਬੈਠੇ ਨੇ। ਲੈ ਦੱਸ ਤੁਸੀਂ ਤੇ ਰੋਟੀ ਖਾ ਲਓ, ਆਪੇ ਜਦੋਂ ਉਹ ਆਉਣਗੇ ਉਹਨਾਂ ਨੂੰ ਵੀ ਪਕਾ ਕੇ ਦੇ ਦਾਂਗੇ। ਲਓ ਫੜੋ ਵੀ। ਆ ਗਏ ਜੀ, ਆ ਗਏ ਤੇ ਮੁੰਡਾ ਹੋ ਗਿਆ ਸਕੂਲ ਵਿੱਚ ਦਾਖਲਾ। ਹੈ ਕਰਵਾਏ ਐਡਮਿਸ਼ਨ ਦੀ? ਹੋਰ ਕਿੰਨੇ ਕੁ ਪੈਸੇ ਪੂਸੇ ਲੱਗੇ ਨੇ? ਪੈਸੇ ਨਵਦੀਪ ਵਾਵੇ ਲੱਗ ਹੀ ਗਏ ਨੇ। ਅੱਛਾ, ਹੁਣ ਇਹ ਆ ਵੀ ਜਿੰਨਾ ਚਿਰ ਉੱਥੇ ਪੜ੍ਹੇਗਾ ਨਾ, ਫੀਸਾਂ ਅਤੇ ਕਿਤਾਬਾਂ ਦੇ ਪੈਸੇ ਦੇਣੇ ਪੈਣੇ ਕਰਨੇ ਆ, ਬਾਕੀ ਦਾਖਲਾ ਨਹੀਂ ਵਾਰ ਵਾਰ ਦੇਣਾ ਪੈਣਾ। ਚਲੋ ਇਹ ਵੀ ਠੀਕ ਹੈ ਫਿਰ, ਤੇ ਫਿਰ ਇਹਦਾ ਕੁਝ ਲੈਣਾ ਨਹੀਂ, ਸਕੂਲ ਦਾ ਸਮਾਨ ਨਹੀਂ ਦਿੱਤਾ ਉਹਨਾਂ ਨੇ? ਸਮਾਨ ਹਜੇ ਕੀ ਦੇਣਾ ਸੀ, ਕਿਤਾਬਾਂ ਕਤੂਬਾਂ ਦਿੰਦੇ ਹਜੇ ਇਹਨੂੰ ਲੋੜ ਨਹੀਂ ਆ। ਤੇ ਪਹਿਲਾਂ ਰੱਖਣਗੇ ਇਹਨੂੰ ਪਲੇ ਪੈਨ 'ਚ, ਥੋੜਾ ਗਿੱਜ ਜੇਗਾ, ਉੱਥੇ ਖਿਡੌਣੇ ਖਿਡੌਣੇ ਦਿੰਦੇ ਆ, ਵੇਖ ਆਇਆ ਅੱਜ। ਅੱਛਾ, ਬੜਾ ਖੁਸ਼ ਸੀ ਤੇ ਠੀਕ ਹੈਗੇ, ਉੱਦਾਂ ਨਿਆਣੇ ਉੱਥੇ ਹੁੰਦੇ ਕਿ 5-7, ਤੇ ਜਦੋਂ ਉਹਦੇ ਨਵੀਆਂ ਕਲਾਸਾਂ ਸ਼ੁਰੂ ਹੋਣਗੀਆਂ ਫਿਰ ਇਹਨੂੰ ਵਰਦੀ ਦੇਵਾਂਗੇ, ਨਾਲੇ ਕਿਤਾਬਾਂ ਕਤੂਬਾਂ ਬੈਗ ਸਾਰਾ ਇਹਨੂੰ ਉੱਥੇ ਮਿਲ ਜਾਣਾ, ਸਾਰਾ ਸਮਾਨ ਇਹਨਾਂ ਨੇ ਸਕੂਲ ਦਾ ਹੀ ਦੇਣਾ, ਉੱਥੇ ਆਪਣਾ ਸਕੂਲ ਦਾ ਹੀ ਦੇਣਾ ਤੇ। ਚਲੋ ਫਿਰ ਤੇ ਠੀਕ ਆ। ਤੇ ਇਹ ਹੈ ਵੀ ਪਰਮ ਦੇ ਜਾਣ ਨਾਲ ਨਾ ਫੀਸਾਂ ਦਾ ਥੋੜ੍ਹਾ ਜਿਹਾ ਇਹ ਹੋ ਗਿਆ ਵੀ ਕਹਿੰਦੇ ਤੁਸੀਂ ਭਾਵੇਂ ਠਹਿਰ ਕੇ ਦੇ ਦਿਆ ਕਰਿਓ। ਆਹੋ, ਕੋਈ ਦੂਜੇ ਮਹੀਨੇ ਜਾਂ ਉਦਾਂ, ਮੈਂ ਤਾਂ ਫਿਰ ਤੁਹਾਨੂੰ 6-6 ਮਹੀਨੇ ਹੀ ਦੇਈ ਜਾਵਾਂਗੇ। ਠੀਕ, ਕਹਿੰਦੇ ਸੀ ਕੋਈ ਗੱਲ ਨਹੀਂ। ਚਲੋ ਵਧੀਆ ਵਾ, ਜੇ ਕਿਸੇ ਦੀ ਜਾਣ ਪਹਿਚਾਣ ਹੋਏ ਤੇ ਕਿਸੇ ਦੇ ਬੰਦੇ ਦਾ ਵੀ ਔਖਾ ਹੋ ਜਾਂਦਾ ਹੱਥ। ਹੋਰ ਨਹੀਂ ਬੜਾ, ਤੇ ਸਗੋਂ ਉਹਨੇ ਫਿਰ ਅੱਜ 5-6 ਹਜ਼ਾਰ ਰੁਪਇਆ ਉੱਥੇ ਦੇਣਾ ਪਿਆ ਨਾ। ਚਲੋ ਕੋਈ ਗੱਲ ਨਹੀਂ, ਫਿਰ ਜਦੋਂ ਉਹਨੇ ਮਦਦ ਹੁਣ ਕੀਤੀ ਹੈ ਸ਼ੁਰੂ, ਉਹਨੂੰ ਪਤਾ ਹੀ ਹੈ ਵੀ ਇਹਨਾਂ ਨੇ ਕਿੱਥੋਂ ਦੇਣੇ ਆ, ਤੁਹਾਡੇ ਕੋਲ ਤਾਂ ਜਿੰਨੇ ਹੈਗੇ ਤੁਸੀਂ ਤਾਂ ਉਨੇ ਹੀ ਦੇ ਕੇ ਆਉਣੇ ਸੀ। ਮੈਂ ਤਾਂ ਫੜਾਤੇ ਸੀ ਉਹਨੂੰ ਜਾਂਦੇ ਹੀ, ਮੈਂ ਕਿਹਾ ਪਿਆ ਲਓ ਫੜੋ ਆਪ ਹੀ ਦੇ ਦਿਓ। ਚੱਲ ਅਗਲੇ ਨੇ ਹਨਾ ਇੰਨਾ ਕੀਤਾ ਤੇ ਆਪ ਵੀ ਚਾਹੀਦਾ ਹੀ ਹੈ। ਹੋਰ ਫਿਰ ਬੰਦੇ ਨੂੰ ਅੱਗੇ ਰੱਖਣਾ ਚਾਹੀਦਾ ਵੇ, ਥੋੜੀ ਕਿ ਪਹਿਲਾਂ ਔਰ ਤੋਂ ਚੀਜ਼ ਲੈ ਲਓ ਤੇ ਮੁੜ ਕੇ ਉਹਨੂੰ ਪਿੱਛੇ ਕਰਕੇ ਤੇ ਆਪ ਅੱਗੇ ਹੋ ਜਾਓ। ਨਹੀਂ ਇਦਾਂ ਥੋੜਾ ਕਰਨਾ ਹੈ। ਚੱਲ ਪਿੰਦਰ, ਹੁਣ ਇਹਦੀ ਵਧੀਆ ਜੀ ਬੋਤਲ ਤੇ ਟਿਫਨ ਲਿਆਵਾਂਗੇ, ਮੈਨੂੰ ਬੜੀ ਰੀਝ ਵਾ। ਕੋਈ ਨਹੀਂ ਲੈਵਾਂਗੇ, ਜਦੋਂ ਕਿਤਾਬਾਂ ਮਿਲਣਗੀਆਂ ਨਾ ਤੇ ਸੋਹਣੇ ਸੋਹਣੇ ਕਵਰ ਚੜਾਵਾਂਗੇ ਉੱਪਰ। ਕੋਈ ਨਹੀਂ ਕੋਈ ਨਹੀਂ, ਤੇ ਬਸ ਆਪਣੀ ਆਉਂਦੀ ਇੱਥੇ। ਅੱਛਾ ਹਾਂ, ਵੱਡੇ ਤਾਂ ਆਉਂਦੀ ਹੈ ਵੀ ਸਵੇਰੇ ਚੜਾਵਾਂ ਕਰਾਂਗੇ, ਇੰਨਾ ਕੁ ਵੀ ਟਾਈਮ ਟੇਬਲ ਰੱਖਿਓ ਇਹਦਾ ਪੂਰਾ।
ਜੇਕਰ ਤੁਸੀਂ ਹੋਏ ਤੇ ਤੁਸੀਂ ਲੈ ਆਂਦਾ, ਨਹੀਂ ਤੇ ਡੈਡੀ ਜੀ ਨੂੰ ਸੁਣਾ ਦੇਤਾ। ਚਲੋ ਫਿਰ ਮੈਂ ਨਾ ਤੁਹਾਡੇ ਵਾਸਤੇ ਰੋਟੀ ਪਕਾਉਣੀ ਆ। ਮੰਮੀ ਵੀ ਤੁਹਾਨੂੰ ਉਡੀਕਦੇ ਨੇ, ਉਦੋਂ ਦੀ ਭੁੱਖੇ ਹੀ ਬੈਠੇ ਜਾਂਦੇ ਆਉਣਗੇ ਤੇ ਫੇਰ ਹੀ ਰੋਟੀ ਖਾਣੀ ਆ। ਲੈ ਰੋਟੀ ਤੇ ਖਾ ਲੈਣੀ ਤੁਸੀਂ, ਸਾਨੂੰ ਤੇ ਭੁੱਖ ਹੈ ਨੀਗੀ। ਕਿਉਂ ਤੁਹਾਨੂੰ ਕਿਉਂ ਨੀ ਭੁੱਖ ਹੈਗੀ? ਪਰਮ ਹੀ ਨਾਲ ਤੇ ਮੈਂ ਕਿਹਾ ਚਲੋ ਭਾਈ ਤੁਹਾਨੂੰ ਕੁਝ ਖਵਾਉਣਾ ਪਿਆ, ਤੇ ਉਹਨੇ ਵਾਹਵਾ ਸਗੋਂ ਖਰਚਾ ਕਰ ਛੱਡਿਆ। ਪਹਿਲਾਂ ਸਮੋਸੇ ਖਵਾਏ, ਇਹ ਦਿਨ ਪਤਾ ਖਾਏ ਨਾ, ਫਿਰ ਆਉਂਦੇ ਉਹਨੇ ਇੰਨੇ ਕੁਝ ਖਾਧਾ ਪੀਤਾ ਨੀ, ਹੁਣ ਜੂਸ ਪਿਆਉਣਾ। ਪਹਿਲਾਂ ਸਮੋਸੇ ਖਾਏ ਫਿਰ ਜੂਸ ਪਿਆ, ਕਿੰਨਾ ਖਰਚਾ ਲਾਇਆ। ਤੇ ਜੇ ਮੇਰੀ ਭੈਣ ਨੂੰ ਪਤਾ ਲੱਗ ਗਿਆ ਨਾ, ਉਹਨੇ ਸਮੋਸੇ ਤੇ ਜੂਸ ਤੁਹਾਡੇ ਢਿੱਡ ਚੋਂ ਹੀ ਕੱਢ ਲੈਣਾ ਆਣ ਕੇ। ਉਹ ਕੱਢ ਲੈ ਕੱਢਣਾ ਉਹਨੇ ਤੇ। ਚਲੋ ਠੀਕ ਹੈ ਫਿਰ, ਜੇ ਹੁੰਦੀ ਨਾਲ ਉਹਨੇ ਇਹਨੂੰ ਕਹਿਣ ਨਹੀਂ ਦੇਣਾ ਵੀ ਇਹਨਾਂ ਖਾਓ ਪਿਆਓ। ਉਹਨੂੰ ਪਤਾ ਹੀ ਨਹੀਂ ਹੋਣਾ ਜੇ ਉਹ ਹੁੰਦੀ ਨਾਲ ਤੇ ਫਿਰ ਕਿੱਥੇ ਮੁੰਡੇ ਨੂੰ ਐਡਮਿਸ਼ਨ ਕਰਵਾਈ ਜਾਣੀ ਸੀ ਸਕੂਲ ਵਿੱਚ। ਇੱਕ ਕੰਮ ਕਰੀ ਤੂੰ, ਫੋਨ ਫਾਨ ਤੇ ਉਹਦੇ ਨਾਲ ਗੱਲ ਨਾ ਕਰੀ ਐਵੇਂ। ਪਿੰਦਰ ਉਹਨੂੰ ਮੈਂ ਫੋਨ ਲਾਵਾਂ ਨਾ, ਉਹ ਤੇ ਮੇਰਾ ਫੋਨ ਚੁੱਕਦੀ ਨਹੀਂ ਹੈ, ਫੋਨ ਉਹਨੂੰ ਮੈਂ ਕੀ ਕਰਨਾ। ਉਹਨੇ ਕਿਸੇ ਵਕਤ ਇਹ ਵੀ ਹੋ ਜਾਂਦਾ ਵੀ ਆਪਾਂ ਗੱਲ ਕਰ ਲੈਂਦੇ ਹਾਂ ਵੀ ਇਦਾਂ। ਪਿੰਦਰ ਕਰਾਉਂਦਾ ਮੁੰਡਾ ਦਾਖਲਾ? ਹਾਂਜੀ ਡੈਡੀ ਕਰਾ ਹੀ ਆਏ ਆ। ਚਲ ਵਧੀਆ ਹੋ ਗਿਆ। ਕਿੱਦਾਂ ਫਿਰ ਕੀ ਆਂਦਾ ਸੀ ਉੱਥੇ? ਕਿਉਂ ਐ ਹਜੇ ਤੇ ਬੜਾ ਖੁਸ਼ ਏ। ਹੁਣ ਜਾਇਆ ਕਰ ਸਕੂਲੇ, ਮੇਰੀ ਗੱਲ ਸੁਣ। ਹਾਂਜੀ। ਉਹ ਮੈਂ ਪੱਠੇ ਉੱਥੇ ਵੱਢਾ ਇਹਨੇ ਚੁੱਕ ਕੇ ਲਿਆ ਕੇ ਤੇ ਕੁਦਰ ਕੇ ਮੱਝਾਂ ਨੂੰ ਪਾ ਹੀ ਵੇਲੀ। ਕੋਈ ਨਹੀਂ ਪਾ ਦੇਣਾ, ਮੈਂ ਉਦੋਂ ਆਉਣ ਲੱਗਾ ਫਿਰ ਉਹ ਪਰਮ ਨੂੰ ਫੋਨ ਕਰ ਲਿਆ। ਚੱਲ ਚੰਗਾ ਵੀ ਕੰਮ ਕਰਨਾ ਸੀ, ਹੋ ਗਿਆ। ਉਹ ਆਖਣ ਲੱਗੇ ਵੀ ਮੈਂ ਆਉਂਦਿਆਂ ਤੇ ਆਈ ਜਾ ਫਿਰ। ਨਾਲੇ ਪੈਸੇ ਘਰ ਖਰਚੇ ਜਾਂਦੇ ਹੁੰਦੇ ਪੁੱਤ, ਜਿਹੜਾ ਜ਼ਰੂਰੀ ਕੰਮ ਹੋਇਆ ਕਰ ਲੈਣਾ ਚਾਹੀਦਾ। ਹਾਂਜੀ ਹਾਂਜੀ ਠੀਕ ਹੈ ਨਾ। ਚਲੋ ਕੋਈ ਨਹੀਂ, ਲੈ ਆਉਣਾ। ਹੁਣ ਤੁਸੀਂ ਕਿੱਧਰ ਚੱਲਿਓ? ਮੈਂ ਤੇ ਇੱਥੇ ਹੀ ਹਾਂ, ਜਿਹੜਾ ਕਿ ਗਿਆ ਹਾਂ ਬਾਹਰ ਨੂੰ। ਅੱਛਾ। ਮੈਂ ਤਾਂ ਪੁੱਛਣ ਡਿਆ ਤੇਰੀ ਮਾਂ ਨੂੰ ਅੱਗੇ ਤੇ ਆਉਂਦੀ ਵੀ ਗਿਆ ਵਾ। ਠੀਕ ਆ ਤੇ ਚੱਲ ਵਧੀਆ ਵਾ, ਹੋ ਗਿਆ। ਬਸ ਕੋਈ ਨਹੀਂ, ਮੈਂ ਆ ਗਿਆ, ਮੈਂ ਪਾਣੀ ਘੁੱਟ ਕੇ ਪੀ ਲਾਂ। ਚੱਲ ਹੁਣ ਪੀਣਾ ਤੁਸੀਂ ਪਾਣੀ। ਆ ਜਾਓ। ਮੰਮੀ ਪਾਣੀ ਲਿਆਓ। ਹਾਂ ਆ ਗਈ ਪੁੱਤ। ਚੱਲ ਕੋਈ ਨੀ, ਪੀ ਤੂੰ ਪਾਣੀ, ਬੁਲਾਉਂਦੀ ਆ ਮੈਂ। ਆ ਗਈ ਗਰਮ ਡਿਊਟੀ ਤੋਂ? ਹਾਂਜੀ। ਅੱਛਾ ਤੁਸੀਂ ਅੱਜ ਟਾਈਮ ਬੜਾ ਲਾ ਰਹੇ, ਦੱਸ ਕੇ ਵੀ ਨਹੀਂ ਗਏ ਸੀਗੇ। ਟਾਈਮ ਤੇ ਤੈਨੂੰ ਪਤਾ ਲੱਗ ਹੀ ਜਾਂਦਾ ਵਾ। ਪ੍ਰਿੰਸੀਪਲ ਨਾਲ ਮੈਂ ਹੀ ਗੱਲ ਕੀਤੀ ਤੇ ਫਿਰ ਮੈਂ ਕਿਹਾ ਚੱਲ ਕੋਈ ਗੱਲ ਨੀ, ਮੈਂ ਆਉਣਾ ਵਾ ਤੇ ਤੁਸੀਂ ਆ ਜਾਓ ਤੇ ਅਸੀਂ ਐਡਮਿਸ਼ਨ ਕਰਾ ਦਿੰਦੇ ਹਾਂ ਬੱਚੇ। ਮੈਨੂੰ ਤਾਂ ਦੱਸ ਦਿਆ ਕਰੋ, ਹਰ ਵਾਰੀ ਤੇ ਮੈਨੂੰ ਕੋਈ ਗੱਲ ਦੱਸਦੇ ਨੀ ਹੈਗੇ, ਫਿਰ ਤੁਸੀਂ ਕਹਿਣਾ ਕਿ ਮੈਂ ਬੋਲਦੀ ਆ। ਮੇਰੀ ਵੀ ਭੈਣ ਆ ਉਹ, ਮੈਨੂੰ ਕਿਹੜਾ ਉਹਦਾ ਦੁੱਖ ਆ ਕਿ ਉਹਦੇ ਨਾਲ ਤੁਸੀਂ ਇੰਨਾ ਕਰਦੇ ਆ, ਪਰ ਤੁਸੀਂ ਮੈਨੂੰ ਦੱਸ ਕੇ ਤਾਂ ਜਾਇਆ ਕਰੋ ਨਾ ਥੋੜਾ ਬਹੁਤਾ। ਤੈਨੂੰ ਜੇ ਮੈਂ ਦੱਸਦਾ ਨਾ ਐਵੇਂ ਤੂੰ ਬਾਅਦ ਚੋਂ ਝਗੜਾ ਪਾਉਣਾ ਸੀ, ਤੇ ਮੈਂ ਇਸੇ ਕਰਕੇ ਮੈਂ ਕਿਹਾ ਚੱਲ ਕੋਈ ਗੱਲ ਨੀ, ਪਹਿਲਾਂ ਬੱਚੇ ਦੀ ਐਡਮਿਸ਼ਨ ਕਰਾ ਲਿਆਉਣਾ ਤੇ ਆਣ ਕੇ ਤੈਨੂੰ ਦੱਸ ਦਿੰਦਾ। ਮੈਂ ਇੰਨੀ ਵੀ ਨੀ ਮਾੜੀ ਹੈਗੀ ਕਿ ਮੈਂ ਝਗੜਾ ਪਾਉਂਗੀ, ਮੈਨੂੰ ਵੀ ਤਾਂ ਵਧੀਆ ਹੀ ਲੱਗਦਾ ਵਾ ਕਿ ਚੱਲ ਵਧੀਆ ਸਕੂਲ ਦੇ ਵਿੱਚ ਪੜ੍ਹ ਜਾਊਗਾ, ਪਰ ਇੱਦਾਂ ਵਾ ਕਿ ਤੁਸੀਂ ਦੱਸ ਕੇ ਨਹੀਂ ਨਾ ਜਾਂਦੇ, ਫਿਰ ਮੈਨੂੰ ਇਸ ਗੱਲ ਦਾ ਗੁੱਸਾ ਆਉਂਦਾ ਵਾ। ਕੋਈ ਗੱਲ ਨੀ, ਗਾਂ ਤਾਂ ਤੈਨੂੰ ਦੱਸ ਕੇ ਚੱਲ ਜਿਆ ਕਰੂੰਗਾ, ਪਰ ਤੇਰਾ ਮਗਰ ਉਹ ਬਾਅਦ ਚ ਮੈਨੂੰ ਕੋਈ ਮਿਹਣਾ ਮਾਰੂਗੀ, ਹਾਂ ਤੈਨੂੰ ਤੇਰੇ ਘਰ ਦੇ ਦੱਸ ਦੇ ਨੀ ਕੋਈ ਗੱਲ, ਤੇ ਫਿਰ ਚੰਗਾ ਲੱਗਦਾ ਇੱਦਾਂ ਦੱਸ ਕੇ ਤਾਂ ਜਾਇਆ ਕਰੋ ਗੱਲ ਮੈਨੂੰ ਸਾਰੀ। ਕੁਛ ਨੀ ਹੁੰਦਾ, ਕੋਈ ਗੱਲ ਨੀ, ਚੱਲ ਮੈਂ ਚੇਂਜ ਕਰ ਲਾਂ ਫਿਰ। ਚੱਲ ਵਧੀਆ ਹੋਇਆ ਮੁੰਡੇ ਦੀ ਐਡਮਿਸ਼ਨ ਕਰਾ ਲਈ, ਮੈਂ ਕਿਹੜਾ ਕੁਛ ਕਹਿ ਦੇਣਾ ਸੀ, ਹੁਣ ਪੈਸੇ ਤਾਂ ਦੇ ਹੀ ਦਿੱਤੇ, ਐਡਮਿਸ਼ਨ ਤਾਂ ਕਰਾਉਣੀ ਸੀਗੀ, ਮੈਂ ਕਿਹੜਾ ਰੋਕ ਲੈਣਾ ਸੀ ਇਹਨਾਂ ਨੂੰ। ਚੱਲ ਵਧੀਆ ਹੋਇਆ ਉੱਦਾਂ, ਪਰ ਇਹਨਾਂ ਦੇ ਦਿਮਾਗ 'ਚ ਇਹੀ ਗੱਲ ਆ ਕਿ ਮੈਂ ਪਤਾ ਨਹੀਂ ਇਹਨਾਂ ਨੂੰ ਕੀ ਰੋਕ ਹੀ ਦੇਣਾ ਵਾ ਸ਼ਾਇਦ।
ਨਾਲ ਮੇਰਾ ਫਰੈਂਡ ਆ ਮੁੰਡਾ, ਮੇਰੇ ਨਾਲ ਸਟੱਡੀ ਕਰਦਾ ਆ, ਉਹਦੇ ਨਾਲ ਲੱਗਣਾ। ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਵੇਖਾਂ ਮੈਂ ਇੱਕ ਵਾਰ। ਹੋ ਚੱਲ ਜਾ ਫਿਰ ਰੋਟੀ ਖਾ ਲਾ। ਨਹੀਂ ਰੋਟੀ ਨਾ ਲਈ, ਕੋਈ ਗੱਲ ਨਹੀਂ, ਮੈਂ ਬਾਹਰੋਂ ਖਾ ਲੈਣਾ ਫਿਰ ਉਹਨਾਂ ਹੀ। ਚਲੋ ਠੀਕ ਆ, ਠੀਕ ਆ। ਇੱਕ ਵਾਰ ਜਾਵਾਂ ਤੇ ਫਿਰ ਮੈਂ ਆ ਕੇ ਦੱਸਦਾ ਡੈਡੀ ਨੂੰ, ਮੰਮੀ ਨੂੰ ਕਿ ਦੇਈਏ ਕਿ ਕਿੱਦਾਂ ਦਾ ਕੰਮ ਆਈ ਆ ਕਿੱਦਾਂ। ਤੇ ਤੁਸੀਂ ਚੱਲੇ ਕਿਹੜੇ ਦੋਸਤ ਨਾਲ ਵਾ, ਨਾਮ ਵੀ ਮੈਨੂੰ ਦੱਸ ਦਿਆ ਕਰੋ ਨਾ, ਫਿਰ ਮੰਮੀ ਮੈਨੂੰ ਪੁੱਛ ਦੇ, ਫਿਰ ਮੈਨੂੰ ਪਤਾ ਨਹੀਂ ਹੁੰਦਾ ਕਿੱਥੇ ਗਏ ਤੁਸੀਂ। ਕੋਈ ਗੱਲ ਨਹੀਂ, ਆਣ ਕੇ ਦੱਸ ਦਿਓ। ਚੱਲ ਮੈਨੂੰ ਫੋਨ ਆਉਣ ਡਿਆ ਵਾ, ਤੇ ਠੀਕ ਆ। ਮੰਮੀ ਨੂੰ ਉਦਾਂ ਮਾੜਾ ਮੋਟਾ ਪਤਾ ਹੀ ਆ ਕਿ ਹਾਂ ਬਈ ਉਹ ਹਾਜ਼ਰੀ ਤੇ ਲੈ ਆਈ ਤੇ ਪਲਾਟ ਉਹਨਾਂ ਦੇ ਵਿੱਚ ਇਹ ਕੰਮ ਕਰਨਾ, ਠੀਕ ਆ। ਉਹ ਤੇ ਕੋਈ ਗੱਲ ਨਹੀਂ, ਪਰ ਮੰਮੀ ਨਾ ਫਿਰ ਵੀ ਇੱਕ ਵਾਰੀ ਦੱਸ ਦਿਓ ਉਹਨਾਂ ਨੂੰ। ਉਹ ਕੋਈ ਗੱਲ ਨਹੀਂ, ਮੈਂ ਆਣ ਕੇ ਦੱਸ ਦੂੰਗਾ ਹੁਣ। ਚਲੋ ਠੀਕ। ਬਣ ਗਈ ਰੋਟੀ? ਰੋਟੀ ਪੁੱਤ ਬਣ ਗਈ, ਜਾਂ ਪਰਮ ਨੂੰ ਆਵਾਜ਼ ਮਾਰ ਤੇ ਗਰਮ ਗਰਮ ਫੁਲਕਾ ਦੇ ਦਿਓ। ਉਹ ਤਾਂ ਦੱਸ ਕੇ ਨਹੀਂ ਗਿਆ, ਉਹ ਚੱਲ ਵੀ ਗਏ ਆ। ਚੱਲ ਗਿਆ ਵਾ? ਆਹੋ, ਕਹਿੰਦੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਵਾ ਤੇ ਉਹਦੇ ਲਈ ਚੱਲੇ ਆ ਕਿਤੇ। ਪੁੱਤ ਵੇਖ ਮੇਰੀ ਗੱਲ ਸੁਣ, ਉਹ ਤਾਂ ਰੋਟੀ ਨਹੀਂ ਖਾਧੀ, ਸਵੇਰ ਦਾ ਕੁਛ ਵੀ ਨਹੀਂ ਖਾਧਾ ਤੇ ਭੁੱਖੇ ਢਿੱਡੀ ਚੱਲ ਗਿਆ। ਮੈਂ ਤਾਂ ਕਿਹਾ ਸੀ ਰੋਟੀ ਮੈਂ ਪਕਾ ਦਿੰਦੀ ਹਾਂ ਤੇ ਖਾ ਕੇ ਚੱਲ ਜਾਓ। ਕਹਿੰਦੇ ਵੀ ਨਹੀਂ, ਅੱਜ ਬਾਹਰੋਂ ਖਾ ਲੈਣਾ ਤੇ ਲੇਟ ਹੋ ਜਾਣਾ। ਖਾਧੀ ਹੋਈ ਹੈ ਮੁੰਡੇ ਵਾਲੀ ਵੀ ਨਾ, ਮੈਂ ਤਾਂ ਤੇਰੀ ਮਾਸੀ ਦਾ ਫੋਨ ਆ ਗਿਆ ਸੀਗਾ, ਤੋਰੀ ਮੇਰਾ ਖੇੜਾ ਛੱਡਣ ਡਈ ਤੇ ਮੋਦਰਾ ਲੱਗੀ ਰਹੀ ਤੇ ਬਾਅਦ ਮੈਂ ਝਾਤੀ ਨਹੀਂ ਮਾਰੀ ਤੇ ਫਟਾਫਟ ਨਾਲ ਹੀ ਆਟਾ ਗੁੰਨ ਕੇ ਤੇ ਫੁਲਕੇ ਡੈਗੀਆਂ ਲਾਉਣ ਵੀ ਪਰਦੇ ਜਾਣਾ ਵਾ ਤੇ ਚੱਲ ਰੋਟੀ ਖਾ ਕੇ ਜਾਊਗਾ। ਇਹ ਮੁੰਡੇ ਵਾਲੀ ਵੀ ਖਾਧੀ ਆ। ਚਲੋ ਕੋਈ ਨੀ, ਕਹਿੰਦੇ ਕਿ ਆ ਜਾਣਾ ਵਾ ਜਲਦੀ ਤੇ ਮੈਂ ਡੈਡੀ ਨੂੰ ਫੜਾ ਦਾਂਗੀ। ਡੈਡੀ ਨੂੰ ਫੜਾ ਦੇ, ਪਰ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਨਵਾਂ ਕੰਮ ਕਿਹੜਾ ਸ਼ੁਰੂ ਕਰ ਲੱਗਾ ਹੈ, ਨਾ ਇਹਨੇ ਕੋਈ ਸਲਾਹ ਕੀਤੀ ਨਾ ਗੱਲ ਨਾ ਬਾਤ। ਮੈਂ ਤਾਂ ਪੁੱਛੇ ਮੈਂ ਕਿਹੜਾ ਕੰਮ ਆ, ਕਹਿੰਦੇ ਆ ਕੇ ਦੱਸੂਗਾ ਪਹਿਲਾਂ ਤੁਸੀਂ ਦੱਸ ਦੇਣਾ। ਮੈਂ ਆਹੋ ਆ ਕਰਾਂਗੀ ਮਾੜੀਆਂ ਵਾ, ਜਿਹੜਾ ਚੁੱਪ ਕਰਕੇ ਨਾ ਪਤਾ ਨਹੀਂ ਕੀ ਕਰਦਾ ਰਹਿੰਦਾ ਵਾ। ਕੋਈ ਨਹੀਂ, ਤੁਸੀਂ ਆਉਂਦੇ ਆ ਤਾਂ ਫਿਰ ਉਹਨਾਂ ਨੂੰ ਪੁੱਛ ਲਿਓ ਤੇ ਮੈਂ ਫੜਾ ਦਾਂ ਫਿਰ ਰੋਟੀ। ਚੱਲ ਇੱਦਾਂ ਕਰ, ਤੂੰ ਲਿਆ ਥਾਲੀ ਤਾਂ ਆਪਣੇ ਡੈਡੀ ਰੋਟੀ ਫੜਾ। ਹਾਏ ਹਾਏ, ਇੱਕ ਤਾਂ ਨਿਆਣੇ ਸਮਝਦੇ ਨਹੀਂ ਗੇ ਮਾਂ ਪਿਓ ਨੂੰ, ਹੁਣ ਇਹਨਾਂ ਨੇ ਪਤਾ ਛਦਾਈ ਉਹਨੂੰ ਰੋਟੀ ਨਹੀਂ ਖਾ ਕੇ ਗਿਆ ਤੇ ਮੈਨੂੰ ਟੈਨਸ਼ਨ ਰਹਿਣੀ ਸਾਰਾ ਦਿਨ, ਪਤਾ ਨਹੀਂ ਕਿਹੜਾ ਨਵਾਂ ਕੰਮ ਸ਼ੁਰੂ ਕਰਨਾ ਵੇ ਇਹਨੇ। ਮਾਂ ਪਿਓ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਦੇ ਨਿਆਣੇ। ਜੇ ਮੈਂ ਫੋਨ ਕੀਤਾ ਨਾ ਫਿਰ ਇਹਨੇ ਚੀਕਣਾ ਵਾ ਗਾੜੀ, ਮੈਂ ਤਾਂ ਕੰਮ ਕਰਨ ਡਿਆ ਸੀ ਤੁਸੀਂ ਮੈਨੂੰ ਫੋਨ ਕਿਉਂ ਕੀਤਾ। ਇੱਦਾਂ ਕਰਦੀ ਹਾਂ, ਇਹਦੇ ਡੈਡੀ ਨੂੰ ਕਹਿੰਦੀ ਆ ਵੀ ਫੋਨ ਕਰਕੇ ਪੁੱਛੋ, ਆ ਪਿਓ ਵੀ ਪੁੱਛਦੇ ਆ। ਆਹ ਫੁਲਕਾ ਲਾ ਕੇ ਸੁੱਜ ਗਈ। ਕਰਨੀ ਚਾਹੀਦੀ ਆ ਨਾ ਯਾਰ, ਮੇਰੇ ਨਾਲ ਕੋਈ ਸਲਾਹ ਨਹੀਂ, ਉਹ ਇਧਰੋਂ ਆਇਆ ਹੀ ਸੂਟਰੀ ਲੈ ਕੇ ਤੇ ਉਹਨੂੰ ਫੜ ਕੇ ਤੇ ਗਾਂ ਗਿਆ। ਵੇਖ ਲਓ ਆਹੋ ਹੀ ਘਾਟਾ ਇਹਨਾਂ ਨਿਆਣਿਆਂ ਦੇ ਵਿੱਚ। ਤੇ ਤੁਸੀਂ ਮੇਰੀ ਗੱਲ ਸੁਣੋ, ਹਾਂ ਅੱਜ ਚੱਲ ਵੀ ਭੁੱਖਾ ਹੀ ਗਿਆ ਵਾ, ਉਹਨੂੰ ਫੋਨ ਕਰਕੇ ਪੁੱਛੋ ਤੇ ਸਹੀ ਵੀ ਤੂੰ ਕਿੱਥੇ ਆ, ਤੂੰ ਰੋਟੀ ਕਿਉਂ ਨਹੀਂ ਖਾ ਕੇ ਗਿਆ। ਤੇ ਤੁਹਾਨੂੰ ਨਹੀਂ ਦੱਸ ਕੇ ਗਿਆ ਕਿਤੇ? ਮੈਨੂੰ ਕਿੱਥੇ ਦੱਸ ਕੇ ਗਿਆ, ਮੈਂ ਤਾਂ ਅੰਦਰ ਫੁਲਕੇ ਲਾਉਣ ਡਈ ਸੀ, ਵਿਚਾਰੇ ਨੇ ਜਾਣਾ ਵਾ ਤੇ ਮੈਂ ਬਣਾ ਦਿੰਦੀ ਹਾਂ। ਤੇ ਉਹ ਮੈਂ ਜੱਸ ਨੂੰ ਮਾਰੀ ਵਾਰੀ ਜੱਸ ਆਉਂਦੀ ਆ ਵੀ ਰੋਟੀ ਖਾ ਕੇ ਨਹੀਂ ਗਏ, ਚਲ ਵੀ ਗਏ। ਲੜੇ ਤਾਂ ਨਹੀਂ ਜੀ? ਨਹੀਂ ਨਹੀਂ ਲੜੇ ਨਹੀਂ ਗਿਆ, ਕੀ ਗੱਲ ਕੋਈ ਵੀ ਕੋਈ ਗੱਲ ਹੋਵੇ ਤਾਂ ਮੈਨੂੰ ਪਤਾ ਲੱਗ ਹੀ ਜਾਂਦੀ ਆ। ਪਰ ਵੇਖ ਲਓ ਕਿੱਦਾਂ ਦਾ ਹੋ ਗਏ ਨਿਆਣੇ, ਹਨਾ ਦੱਸਦੇ ਨਹੀਂ ਗੇ, ਮਾਂ ਪਿਓ ਨੂੰ ਜ਼ਰੂਰੀ ਨਹੀਂ ਸਮਝੇ ਦੱਸਣਾ। ਚੱਲ ਇੱਦਾਂ ਕਰੋ, ਕੱਲ੍ਹ ਨਹੀਂ ਮੈਂ ਜੱਸ ਨੂੰ ਰੋਟੀ ਲੈ ਕੇ ਆਉਂਦੀ, ਤੁਸੀਂ ਫੋਨ ਕਰੋ ਉਹਨੂੰ, ਦਬਕਾ ਮਾਰੋ ਇੱਕ ਵਾਰੀ। ਓਏ ਕੋਈ ਨਹੀਂ, ਆਹ ਵੀ ਦੱਸ ਕੇ ਤੇ ਜਾਇਆ ਕਰ, ਕਮ ਸੇ ਕਮ ਹੱਦ ਹੋਈ ਨਾ ਨਿਆਣਿਆਂ ਵਾਲੀ, ਆਪਣੀਆਂ ਮਰਜ਼ੀਆਂ ਕਰਦੇ ਆ। ਮੈਂ ਵੇਖਾਂ ਜਾ ਕੇ ਫੁਲਕੇ ਲਾਵਾਂ, ਹੈਂ। ਹਾਂ ਹਾਂ।